ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਪੇਸ਼ਕਸ਼। ਨਾਨਕ ਆਇਆ ਤਾਰਨ, ਗੁਰੂ ਨਾਨਕ ਆਇਆ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ 11ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਰੀਤੀ ਰਿਵਾਜ਼ ਅਨੁਸਾਰ ਗੁਰੂ ਨਾਨਕ ਜੀ ਨੂੰ ਜਨੇਊ ਪਹਿਨਾਉਣ ਦੀ ਰਸਮ ਬਾਰੇ ਸੋਚਿਆ। ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਕਰਨ ਲਈ ਪੁਰੋਹਿਤ ਹਰਦਿਆਲ ਜੀ ਨੂੰ ਬੇਨਤੀ ਕੀਤੀ। ਪੁਰੋਹਿਤ ਜੀ ਨੇ ਸਾਰੇ ਘਰ ਨੂੰ ਗੋਹੇ ਨਾਲ ਲੇਪ ਕਰਵਾਇਆ ਅਤੇ ਹੱਥ ਵਿੱਚ ਜਨੇਊ ਫੜ ਕੇ ਮੰਤਰ ਉਚਾਰਨ ਕਰਨ ਲੱਗ ਪਏ। ਪੁਰੋਹਿਤ ਜੀ ਨੇ ਕਿਹਾ ਕਿ ਖੱਤਰੀ ਧਰਮ ਦੀ ਮਰਿਆਦਾ ਆਦਿ ਬ੍ਰਹਮ ਤੋਂ ਚਲੀ ਆ ਰਹੀ ਹੈ, ਇਸ ਲਈ ਜਨੇਊ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਜੀ ਨੇ ਪੁਰੋਹਿਤ ਨੂੰ ਬੜੀ ਨਮਰਤਾ ਨਾਲ ਕਿਹਾ, ਇਸ ਜਨੇਊ ਦੇ ਮੈਲਾ ਹੋ ਜਾਣ ਤੇ ਨਵਾਂ ਪਾਉਣਾ ਪੈਂਦਾ ਹੈ ਅਤੇ ਅੰਤ ਸਮੇਂ ਇਹ ਇੱਥੇ ਹੀ ਰਹਿ ਜਾਂਦਾ ਹੈ। ਇਸ ਲਈ ਮੈਨੂੰ ਕੋਈ ਇਹੋ ਜਿਹਾ ਜਨੇਊ ਪਹਿਨਾਓ ਜੋ ਹਮੇਸ਼ਾ ਮੇਰੇ ਨਾਲ ਰਹੇ ਅਤੇ ਕਦੇ ਵੀ ਮੈਲਾ ਨਾ ਹੋਵੇ। ਇਹ ਗੱਲ ਸੁਣ ਕੇ ਪੁਰੋਹਿਤ ਅਤੇ ਪਰਿਵਾਰ ਦੇ ਸਾਰੇ ਲੋਕ ਹੈਰਾਨ ਹੋ ਗਏ ਅਤੇ ਨਾਨਕ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਇਹੋ ਜਿਹਾ ਕਿਹੜਾ ਜਨੇਊ ਹੈ ਜੋ ਨਾ ਮੈਲਾ ਹੁੰਦਾ ਹੈ ਤੇ ਨਾ ਹੀ ਟੁੱਟਦਾ ਹੈ ਅਤੇ ਅੰਤ ਸਮੇਂ ਨਾਲ ਵੀ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਉਸ ਅਕਾਲ ਪੁਰਖ ਦੇ ਨਾਮ ਸਿਮਰਨ ਨਾਲ ਕਪਾਹ ਉਪਜਦੀ ਹੈ ਅਤੇ ਸ਼ਲਾਘਾ ਨਾਲ ਸੂਤ ਤਿਆਰ ਹੁੰਦਾ ਹੈ। ਇਸ ਧਾਗੇ ਦਾ ਜਨੇਊ ਜੇਕਰ ਪਹਿਨ ਲਿੱਤਾ ਜਾਵੇ ਤਾਂ ਇਹ ਪਵਿੱਤਰ ਜਨੇਊ ਕਦੇ ਵੀ ਨਹੀਂ ਟੁੱਟਦਾ ਅਤੇ ਦਰਗਾਹ ਵਿੱਚ ਵੀ ਨਾਲ ਹੀ ਜਾਂਦਾ ਹੈ। ਗੁਰੂ ਜੀ ਦੀ ਇਹ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ ਅਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਚੇ ਜਨੇਊ ਦੀ ਗੱਲ ਕਰਕੇ ਲੋਕਾਂ ਨੂੰ ਸਮਾਜਿਕ ਕਰਮ ਕਾਂਡਾਂ ਤੋਂ ਕੱਢ ਕੇ ਸੱਚ ਦੀ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ। ਕਲ ਤਾਰਨ ਗੁਰੂ ਨਾਨਕ ਆਇਆ।